ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਓਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਜਲੰਧਰ। ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਸੁਖਾਵਾਂ ਮਾਹੌਲ ਹੋਵੇ ਔਰ ਪੰਜਾਬ ਦੀ ਆਵਾਮ ਆਰਾਮ ਨਾਲ ਸੌਵੇ ਤਾਂ ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਹੋਵੇ। ਔਰ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ 'ਤੇ ਸਾਡੇ ਪੰਜਾਬ ਪੁਲਿਸ ਦੇ ਜਿਹੜੇ ਔਫਿਸਰ ਨੇ, ਸਾਡੀ ਪੰਜਾਬ ਪੁਲਿਸ ਚੱਲ ਰਹੀ ਹੈ। ਔਰ ਇਸ ਕਰਕੇ ਕੱਲ੍ਹ ਜਲੰਧਰ ਦੇ ਵਿੱਚ ਪੰਜਾਬ ਪੁਲਿਸ ਨੂੰ ਮਿਲੀ ਆ ਬਹੁਤ ਵੱਡੀ ਕਾਮਯਾਬੀ ਔਰ ਉਹਨਾਂ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ, ਕਾਰਾਂ ਵੀ ਬਰਾਮਦ ਹੋਈਆਂ ਨੇ, ਬਹੁਤ ਸਾਰੇ ਮੋਬਾਈਲ ਵੀ ਬਰਾਮਦ ਹੋਏ ਨੇ ਔਰ ਇੱਕ ਦਾਤ ਵੀ ਉਹਨਾਂ ਦੇ ਕੋਲੋਂ ਬਰਾਮਦ ਹੋਇਆ ਹੈ। ਅਸਲ ਵਿੱਚ ਇਹ ਲੋਕ ਕੌਣ ਹੈ, ਕਿਸ ਗੈਂਗ ਨਾਲ ਜੁੜੇ ਹੋਏ ਨੇ, ਪੂਰੀ ਜਾਣਕਾਰੀ ਦੇਣ ਵਾਸਤੇ ਜਲੰਧਰ ਤੋਂ ਮੇਰੇ ਨਾਲ ਨਰਿੰਦਰ ਗੁਪਤਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਗੁਪਤਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਹਾਂਜੀ ਸੋਤਾ ਜੀ, ਜਲੰਧਰ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਆ ਸਫਲਤਾ ਜਿਹੜੀ ਹੱਥ ਲੱਗੀ ਹੈ ਕਿ ਪੁਲਿਸ ਨੂੰ ਬਾਬਾ ਪ੍ਰਿੰਸ ਗੈਂਗ ਦੇ ਜਿਹੜੇ ਨੇ ਆਪਣਾ 7 ਲੋਕਾਂ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਕੋਲੋਂ 32 ਬੋਰ ਦੀ ਪਿਸਤੌਲ, 4 ਜਿੰਦਾ ਕਾਰਤੂਸ, 2 ਕਾਰਾਂ ਤੇ 1 ਦਾਤਰ ਤੇ 1 ਮੋਬਾਈਲ ਫੋਨ ਜਿਹੜਾ ਵਾ ਬਰਾਮਦ ਕੀਤਾ ਗਿਆ ਵਾ। ਇਹ ਜਿਹੜਾ ਗੈਂਗ ਸੀ ਹਾਈਵੇ ਦੇ ਉੱਤੇ ਜਿਹੜਾ ਗੱਡੀਆਂ ਨੂੰ ਲੁੱਟਦਾ ਸੀ, ਔਰ ਇਹ ਜਿਹੜੇ ਗੈਂਗ ਦੇ ਜਿਹੜੇ ਟੋਟਲ ਜਿਹੜੇ ਨੇ 22 ਬੰਦੇ, 24 ਬੰਦੇ ਸੀ, ਜਿਨ੍ਹਾਂ ਵਿੱਚੋਂ 7 ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਵਾ ਔਰ ਬਾਕੀਆਂ ਦੇ ਲਈ ਜਿਹੜੀ ਆ ਛਾਪੇਮਾਰੀ ਜਿਹੜੀ ਹੈ ਜਾਰੀ ਹੈ। ਇਹ ਇੱਕ ਬਹੁਤ ਵੱਡਾ ਗੈਂਗ ਸੀ, ਜਿਹੜਾ ਪ੍ਰਿੰਸ ਬਾਬਾ ਜਿਹੜਾ ਗੈਂਗ ਹੈ, ਇਹਦਾ ਜਿਹੜਾ ਮੁਖੀ ਪ੍ਰਿੰਸ ਬਾਬਾ ਸੀ ਔਰ ਪ੍ਰਿੰਸ ਬਾਬਾ ਗੈਂਗ ਦੇ ਨਾਮ ਤੇ ਪਰਮਜੀਤ ਸਿੰਘ ਉਹ ਪ੍ਰਿੰਸ ਬਾਬਾ, ਪੁੱਤਰ ਸਰਬਜੀਤ ਸਿੰਘ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਜਿਹੜਾ ਵਾ ਪੁਲਿਸ ਨੇ ਗ੍ਰਿਫਤਾਰ ਕੀਤਾ ਵਾ ਔਰ ਉਹਦੇ ਨਾਲ ਉਹਦੇ ਸਾਥੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਦਿੱਤਾ ਗਿਆ ਵਾ। 12 ਬੰਦੇ ਜਿਹੜੇ ਹਾਲੇ ਵੀ ਜਿਹੜੇ ਰੋਪੀ ਜਿਹੜੇ ਫਰਾਰ ਹੈਗੇ ਨੇ ਗੈਂਗ ਦੇ, ਜਿਹੜੇ ਬਾਕੀ ਬੰਦੇ ਉਹ ਫਰਾਰ ਹੈਗੇ ਨੇ, ਜਿਨ੍ਹਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਔਰ ਇਸ ਸੰਬੰਧ ਵਿੱਚ ਸਾਡੀ DCP ਇਨਵੈਸਟੀਗੇਸ਼ਨ ਗੁਰਮੇਜ ਸਿੰਘ ਜੀ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਦੱਸਿਆ ਕਿ ਪ੍ਰਿੰਸ ਬਾਬਾ ਨੂੰ ਜਿਹੜਾ ਗੈਂਗ ਦਾ ਸਰਗਨਾ ਵਾ ਉਹਦੇ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਵਾ ਔਰ 12 ਬੰਦਿਆਂ ਨੂੰ ਫੜਨ ਦੇ ਲਈ ਜਿਹੜੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ। ਔਰ ਇਹ ਗੈਂਗ ਹਾਈਵੇ ਦੇ ਉੱਤੇ ਗੱਡੀਆਂ ਨੂੰ ਲੁੱਟਦਾ ਸੀ ਔਰ ਉਹਨਾਂ ਕੋਲ ਇਸ ਤਰ੍ਹਾਂ ਦੀਆਂ ਕਈ ਮਤਲਬ ਕਿ ਹੋਰ ਵਾਰਦਾਤਾਂ ਜਿਹੜੀਆਂ ਇਹਨੇ ਕਾਫੀ ਜਿਹੜੀਆਂ ਵਾਰਦਾਤਾਂ ਕੀਤੀਆਂ ਵਾ ਹਾਈਵੇ ਦੇ ਉੱਤੇ, ਅੰਮ੍ਰਿਤਸਰ ਹਾਈਵੇ, ਜਲੰਧਰ ਹਾਈਵੇ, ਹੋਰ ਕਈ ਇੱਦਾਂ ਦੇ ਹਾਈਵੇ ਜਿੱਥੇ ਇਹਨਾਂ ਨੇ ਇੱਦਾਂ ਦੀਆਂ ਵਾਰਦਾਤਾਂ ਕੀਤੀਆਂ ਵਾ। ਔਰ ਪੁਲਿਸ ਜਿਹੜਾ ਪੁਲਿਸ ਨੇ ਇਹਨਾਂ ਕੋਲ ਇਹਦੀ ਪੁੱਛਗਿੱਛ ਕਰ ਰਹੀ ਹੈ ਔਰ ਰਿਮਾਂਡ ਤੇ ਲੈ ਕੇ ਬਾਕੀ ਜਿਹੜੀਆਂ ਹੋਰ ਕਈ ਜਿਹੜੀਆਂ ਵਾਰਦਾਤਾਂ ਕੀਤੀਆਂ ਸਾਰਿਆਂ ਦੇ ਜਲਦ ਹੀ ਖੁਲਾਸਾ ਕਰਨ ਦੀ ਸੰਭਾਵਨਾ ਦੱਸੀ। ਬਹੁਤ ਬਹੁਤ ਮਿਹਰਬਾਨੀ ਗੁਪਤਾ ਜੀ, ਤੁਸੀਂ ਪੂਰੀ ਡਿਟੇਲ ਦੱਸੀ ਹੈ, ਲੇਕਿਨ ਜਲੰਧਰ ਪੁਲਿਸ ਨੂੰ ਸੱਚਮੁੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਔਰ ਇਹ ਹੁਣ ਜਿਹੜੇ 7 ਲੋਕ ਪਕੜੇ ਗਏ ਨੇ, 12 ਇਹਨਾਂ ਦੇ ਕੋਲੋਂ ਦੂਰ ਨਹੀਂ ਆ, ਬਹੁਤ ਜਲਦੀ ਪੁਲਿਸ ਉਹਨਾਂ ਤੱਕ ਵੀ ਪਹੁੰਚ ਕਰੇਗੀ। ਲੇਕਿਨ ਬਹੁਤ ਵੱਡੀ ਰਾਹਤ ਹੈ ਜੀ ਉਸ ਇਲਾਕੇ ਦੇ ਵਿੱਚ, ਇਹ ਇੱਕ ਮਤਲਬ ਰਾਹਗੀਰ ਜਿਹੜੀਆਂ ਹਾਈਵੇ 'ਤੇ ਕਾਰਾਂ ਜਾਂਦੀਆਂ ਸੀ ਉਹਨਾਂ ਨੂੰ ਲੁੱਟਣ ਦਾ ਇਹ ਮਤਲਬ ਜਿਹੜਾ ਕਰਦੇ ਸੀਗੇ, ਕੋਸ਼ਿਸ਼ ਕਰਦੇ ਸੀ, ਬਹੁਤ ਸਾਰਾ ਸਮਾਨ ਵੀ ਇਹਨਾਂ ਦੇ ਕੋਲੋਂ ਪਕੜਿਆ ਗਿਆ ਹੈ। ਲੇਕਿਨ ਇਸ ਮਾਮਲੇ 'ਤੇ ਗੁਪਤਾ ਜੀ ਨੇ ਜੋ ਗੱਲ ਕੀਤੀ ਹੈ ਉਹ ਪੁਲਿਸ ਆਫਿਸਰ ਦੇ ਨਾਲ ਤੁਸੀਂ ਵੀ ਸੁਣ ਸਕਦੇ ਹੋ। ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਬਹੁਤ ਹੀ ਜਿਹੜਾ ਸ਼ਲਾਘਾਯੋਗ ਕੰਮ ਕੀਤਾ ਗਿਆ, ਸਾਡੇ CIA ਦੇ ਇੰਚਾਰਜ ਹਰਵਿੰਦਰ ਸਿੰਘ ਨਾਲ ACP ਸੈਂਟਰਲ, ADCP ਇਨਵੈਸਟੀਗੇਸ਼ਨ, ਇਹਨਾਂ ਨੇ ਇੱਕ ਜੁਆਇੰਟ ਆਪਰੇਸ਼ਨ ਕਰਕੇ ਇੱਕ ਜਿਹੜਾ ਜਲੰਧਰ ਏਰੀਏ ਦੇ ਵਿੱਚ ਕਮਿਸ਼ਨਰੇਟ ਏਰੀਏ 'ਚ ਪਲੱਸ ਜਿਹੜਾ ਲੋਕਲ ਏਰੀਏ ਸਰਾਊਂਡਿੰਗ ਏਰੀਏ ਦੇ ਵਿੱਚ ਜਿਹੜਾ ਵਾਰਦਾਤਾਂ ਕਰਦੇ ਸੀਗੇ ਉਹ ਕਰੀਬ ਅਸੀਂ ਜਿਹੜੇ 7 ਬੰਦੇ ਜਿਹੜੇ ਉਹਨਾਂ ਦੇ ਮੈਂਬਰ ਗੈਂਗ ਮੈਂਬਰਾਂ ਦੇ ਉਹਨਾਂ ਦੇ ਫੜ ਲਏ ਆ। 7 ਦੇ ਵਿੱਚੋਂ 2 ਅਸੀਂ ਪਹਿਲੇ ਫੜੇ ਸੀਗੇ, 5 ਜਿਹੜੇ ਅੱਜ ਹੁਣ ਫੜੇ ਆ। ਇਹਨਾਂ 20 ਬੰਦਿਆਂ ਨੇ ਕੁੱਲ ਮਿਲਾ ਕੇ ਜਿਹੜੀਆਂ 9 ਵਾਰਦਾਤਾਂ ਜਲੰਧਰ ਏਰੀਏ ਦੇ ਵਿੱਚ ਕੀਤੀਆਂ, 8 ਜਲੰਧਰ 'ਚ, 1 ਜਿਹੜੀ ਇਹਨਾਂ ਨੇ ਦਿਹਾਤੀ 'ਚ ਕੀਤੀ ਕਰਤਾਰਪੁਰ ਜਿੱਥੇ ਨਾ ਕਿ ਨੋਵਾ ਗੱਡੀ ਖੋਈ ਸੀਗੀ।
ਪਲੱਸ ਇਹਦੇ ਵਿੱਚ ਸਾਡਾ ਜਨਵਰੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਾਡੀਆਂ ਹਾਈਵੇ ਰੋਬਰੀਜ਼ ਹੋਈਆਂ ਜਾਂ ਜਿਹੜੀਆਂ ਰੋਡ ਸਾਈਡ ਸਨੈਚਿੰਗ ਹੋਈਆਂ ਜਿਹਦੇ ਵਿੱਚ ਗਨ ਪੁਆਇੰਟ 'ਤੇ ਇਹਨਾਂ ਨੇ ਕੈਸ਼ ਲੁੱਟਿਆ ਜਾਂ ਤੇਜ਼ ਧਾਰ ਵੈਪਨ ਦਿਖਾ ਕੇ ਲੁੱਟਿਆ, ਉਹ ਅਸੀਂ ਸਾਰੀਆਂ ਹੀ ਜਿਹੜੀਆਂ ਸਾਡੀਆਂ ਟਰੇਸ ਹੋ ਗਈਆਂ ਜਿਹੜੀਆਂ। ਸੋ ਹੁਣ ਜਿਹੜੇ ਸਾਡੇ ਅਸੀਂ 7 ਮੈਂਬਰਾਂ ਦੇ ਫੜ ਲਏ, 13 ਮੈਂਬਰ ਜਿਹੜਾ ਇਹਨਾਂ ਦੇ ਅੱਜ ਤੱਕ ਅਬਸਕਾਉਂਡਿੰਗ ਨੇ, ਸਾਨੂੰ ਉਹਨਾਂ ਦਾ ਪੂਰਾ ਡਿਟੇਲ ਮਿਲ ਗਈ। ਅਸੀਂ ਉਹਨਾਂ ਦੇ ਵਿੱਚ ਪੁਲਿਸ ਪਾਰਟੀਆਂ ਬਣਾ ਕੇ ਉਹਨਾਂ ਨੂੰ ਉਹਦੇ ਪਿੱਛੇ ਉਹਨਾਂ ਨੂੰ ਫੋਲੋ ਕਰ ਰਹੀ ਹਾਂ, ਆਪਾਂ ਜਲਦੀ ਹੀ ਜਿਹੜਾ ਉਹ ਵੀ ਅਰੈਸਟ ਕਰ ਲਾਂਗੇ। ਇਹਨਾਂ ਤੋਂ ਜਿਹੜਾ ਵੈਪਨ ਔਫੈਂਸ ਸੀਗਾ ਜਿਹੜਾ ਪ੍ਰਿੰਸ ਬਾਬਾ ਸੀ, ਇਹ ਮੇਨ ਜਿਹੜਾ ਸਾਰੇ ਗਰੁੱਪ ਦਾ ਜਿਹੜਾ ਲੀਡਰ ਸੀਗਾ। ਇਹਦੇ ਕੋਲ ਇੱਕ ਅਸੀਂ 32 ਬੋਰ ਜਿਹੜਾ ਪਿਸਟਲ ਰਿਕਵਰ ਕੀਤਾ, ਨਾਲ 4 ਰੌਂਦ ਨੇ, ਪਲੱਸ ਜਿਹੜਾ ਇਹਨਾਂ ਦਿਲਖੁਸ਼ਾ ਮਾਰਕੀਟ ਦੇ ਵਿੱਚ ਜਿਹੜਾ ਦਾਤਰ ਯੂਜ਼ ਕੀਤਾ ਸੀਗਾ ਉਹ ਰਿਕਵਰ ਕੀਤਾ। ਇਸ ਤਰ੍ਹਾਂ ਕਰਕੇ ਜਿਹੜਾ ਸਾਡਾ ਜਿਹੜਾ ਹੋਰ ਜਿਹੜੇ 13 ਬੰਦੇ ਜਿਹੜੇ ਅਰੈਸਟ ਕਰਨ ਵਾਲੇ ਆ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਕੇ ਅਤੇ ਜਿਹੜਾ ਹੋ ਸਕਦਾ ਸਾਨੂੰ ਜਿਹੜਾ ਹੋਰ ਕੋਈ ਵੈਪਨ ਜਿਹੜਾ ਰਿਕਵਰ ਹੋ ਜਾਵੇ। ਵੇਖੋ ਪਿਸਟਲ ਇਹਨਾਂ ਨੇ UP ਦੇ ਵਿੱਚੋਂ ਖਰੀਦਿਆ ਸੀਗਾ, 35,000 ਰੁਪਏ ਦਾ ਖਰੀਦਿਆ ਸੀਗਾ। ਸਰ ਹੋਰ ਵੀ ਇਹਨਾਂ ਕੋਲ ਹੈਗਾ? ਬਾਕੀ ਹੋਰ ਜਿਹੜਾ ਜਿਹੜੀ ਹੁਣ ਤੱਕ ਦੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਨਹੀਂ ਆਇਆ ਅੱਜ ਤੱਕ, ਲੇਕਿਨ ਆਪਾਂ ਇਹਨਾਂ ਤੋਂ ਜਿਹੜੀ ਸਸਟੇਨਡ ਇਨਵੈਸਟੀਗੇਸ਼ਨ ਆ ਉਹ ਸਾਡੀ ਚੱਲ ਰਹੀ ਹੈ। ਹੋ ਸਕਦਾ ਕੋਈ ਸਾਨੂੰ ਹੋਰ ਬ੍ਰੇਕ ਥਰੂ ਹੋ ਜਾਏ ਜੀ। ਸਰ ਲੁੱਟਖੋ ਦੇ ਵਿੱਚ ਜਿਹੜਾ ਸਮਾਨ ਹੁੰਦਾ ਸੀ ਕਿੱਥੇ ਸੇਲ ਕਰਦੇ ਸੀ, ਕੁਝ ਪਤਾ ਲੱਗਾ? ਵੇਖੋ ਲੁੱਟਖੋ ਦਾ ਜ਼ਿਆਦਾਤਰ ਇਹਨਾਂ ਨੇ ਪੈਸੇ ਵਾਲੀਆਂ ਵਾਰਦਾਤਾਂ ਕੀਤੀਆਂ ਸੀਗਾ, ਉਹਦੇ ਵਿੱਚ ਪੈਸੇ ਇਹਨਾਂ ਨੇ ਡਿਸਟ੍ਰੀਬਿਊਟ ਕੀਤੇ ਆ ਜਿਹੜੇ ਜਿਹੜੇ ਬੰਦਿਆਂ ਨੂੰ, ਉਹ ਸਾਨੂੰ ਫਿਗਰ ਹੋ ਗਏ ਆ, ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ, ਜਲਦੀ ਅਸੀਂ ਉਹ ਵੀ ਜਿਹੜਾ ਅਨਰਥ ਕਰ ਦਾਂਗੇ। ਪਿਸਟਲ ਇਹ ਜੀ ਇਹ UP ਤੋਂ ਲਿਆਉਂਦੇ ਸੀ, ਇਹਨਾਂ ਦੀ 4 ਪਿਸਟਲ ਹੋਰ ਖਰੀਦਣ ਦੀ ਜਿਹੜੀ ਇਹਨਾਂ ਦੀ ਸੀਗੀ ਪਲਾਨ, ਵੀ ਇਹ ਖਰੀਦ ਕੇ ਆਪਾਂ ਫਿਰ ਆਪਾਂ ਇਹ ਵਾਰਦਾਤਾਂ ਕਰਿਆ ਕਰਾਂਗੇ। ਵੇਖੋ ਹਲਦੀ ਘੜੀ ਨਹੀਂ ਆਇਆ, ਹੁਣ ਜਿਹੜੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ 'ਚ ਨਹੀਂ ਅਜੇ ਤੱਕ ਆਇਆ, ਲੇਕਿਨ ਆਪਾਂ ਇਹਨਾਂ ਦਾ ਰਿਮਾਂਡ 'ਤੇ ਆਪਾਂ ਇਹਨਾਂ ਨੂੰ ਪੁੱਛਗਿੱਛ ਕਰਾਂਗੇ। ਪਹਿਲੇ ਇਹਨਾਂ 'ਤੇ ਹੈ ਪਰਚੇ, ਪਹਿਲੇ ਇਹਨਾਂ 'ਤੇ ਨਹੀਂ, ਉੱਧਰ ਕੋਈ ਨਹੀਂ ਆ, ਇਹਨਾਂ ਦਾ ਸਿਰਫ ਸਨੈਚਿੰਗ ਹਾਈਵੇ ਰੋਬਰੀਸ ਪਲੱਸ ਆ ਕਿਸੇ ਕੋ ਐਕਟਿਵਾ ਖੋਲਿਆ ਕਿਸੇ ਕੋ ਆ ਕਰ ਲਿਆ, ਇਹੀ ਕੰਮ ਸੀਗਾ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ।